ਮੈਂ ਨਟਵਰ ਲਾਲ ਪੇਸ਼ ਕਰਦਾ ਹਾਂ U4 ਨਿਊਜ਼ ਤੋਂ ਪੰਜਾਬੀ ਖਬਰਾਂ। ਗੁਰਦਾਸਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਮਗਰਾ ਸਿੱਖਿਆ ਅਭਿਆਨ ਪੰਜਾਬ ਵੱਲੋਂ ਦਿਵਿਆਂਗ ਅੰਗਹੀਨ ਕੰਨਾਂ ਤੋਂ ਨਾ ਸੁਣਨ ਵਾਲਿਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਨਪੁਰ ਅਤੇ ਗੁਰਦਾਸਪੁਰ ਦੇ ਸਪੈਸ਼ਲ ਡਾਕਟਰੀ ਟੀਮ ਸਮਾਨ ਦੇਣ ਲਈ ਫਾਰਮ ਭਰੇ ਤਾਂ ਕਿ ਜੋ ਬੱਚਿਆਂ ਨੂੰ ਸਮਾਨ ਦਿੱਤਾ ਜਾਵੇ। स्कीम का जैसे कि SSA कैंप वगैरह करता है, यहाँ पे गुरदासपुर में SSA का कैंप लगा रहे हैं। ये कैंप ओनली फॉर आइडेंटिफिकेशन ऑफ डिफरेंट टाइप्स ऑफ डिसेबिलिटी एंड जैसे कि हम लोग ऑर्थोपेडिकल हैंडीकैप एंड हियरिंग इम्पेयर बच्चों को आइडेंटिफाई कर जा रहे हैं। ਇਹ ਸਾਡਾ ਸੈਂਟਰ ਗੌਰਮੈਂਟ ਔਰ ਪੰਜਾਬ ਗੌਰਮੈਂਟ ਦੋਨੋਂ ਦੇ ਕੋਰਡੀਨੇਟ ਨਾਲ ਹੀ ਹੈ ਔਰ ਇਹਦੇ ਵਿੱਚ ਸਾਡੇ ਸਮਗਰਾ ਸਿੱਖਿਆ ਅਭਿਆਨ ਵੱਲੋਂ ਇਹ ਕੈਂਪ ਲਗਾਇਆ ਜਾ ਰਿਹਾ। 3 ਕੈਂਪ ਅਸੀਂ ਅੱਗੇ ਲਗਾ ਚੁੱਕੇ ਹਾਂ, ਇਹ ਧਿਆਨਪੁਰ ਬਲਾਕ ਬਟਾਲਾ ਦੇ ਵਿੱਚ ਔਰ ਭਾਰੀਗੜ੍ਹ 'ਚ। ਇਹ 4th ਕੈਂਪ ਹੈ ਸਾਡਾ ਗੁਰਦਾਸਪੁਰ, ਜਿਸ ਵਿੱਚ 5 ਬਲਾਕ ਸਾਡੇ ਆਏ ਆ ਔਰ ਲਗਭਗ 200 ਦੇ ਕਰੀਬ ਬੱਚਾ ਜਿਹੜਾ ਆ ਚੁੱਕਾ ਸਾਡੇ ਕੋਲ, ਜਿਹਨੂੰ ਅਸੀਂ ਅਸੈਸਮੈਂਟ ਕਰ ਲਿਆ ਔਰ ਇਹਨਾਂ ਬੱਚਿਆਂ ਨੂੰ ਸਮਾਨ ਦਿੱਤਾ ਜਾਏਗਾ। ਅਸੈਸਮੈਂਟ ਕਰਕੇ ਕਿਸੇ ਨੂੰ ਜਿਸ ਤਰ੍ਹਾਂ ਕੰਨਾਂ ਦੀ ਮਸ਼ੀਨ ਦੀ ਲੋੜ ਹੈ ਜਾਂ ਉਹਨੂੰ ਵੀਲਚੇਅਰ ਜਾਂ ਟ੍ਰਾਈਸਾਈਕਲ ਰੋਲੇਟਰ ਜਾਂ ਵਾਕਰ ਕਿਸੇ ਵੀ ਜਿਸ ਵੀ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿਸ ਚੀਜ਼ ਦੀ ਉਹਨੂੰ ਜ਼ਰੂਰਤ ਹੈ ਆਪਾਂ ਉਹ ਸਮਾਨ ਪ੍ਰੋਵਾਈਡ ਕਰਵਾਉਂਦੇ ਹਾਂ। ਅਤੇ ਇਸ ਦੇ ਵਿੱਚ ਸਾਰੀਆਂ ਹੀ ਕੈਟਾਗਰੀਆਂ ਜਿਹੜੀਆਂ ਨੇ ਲਗਭਗ ਬੱਚਿਆਂ ਦੀਆਂ ਕਵਰ ਹੁੰਦੀਆਂ ਨੇ। ਕਿਸੇ ਵੀ ਤਰ੍ਹਾਂ ਦੀ ਬੱਚਾ ਡਿਸਬਿਲਿਟੀ ਨਾਲ ਰਿਲੇਟ ਸੰਬੰਧ ਰੱਖਦਾ ਹੈ ਆਪਾਂ ਉਹਨੂੰ ਬੁਲਾਉਂਦੇ ਹਾਂ ਔਰ ਉਦੋਂ ਜੋ ਚੀਜ਼ ਆਪਾਂ ਪ੍ਰੋਵਾਈਡ ਕਰਵਾ ਸਕਦੇ ਹਾਂ ਕਰਵਾਉਂਦੇ ਹਾਂ।